मार दे ओते इंज भी नहीं आता मैं वट्टे ना मारो बच्चियां नु आदा भाई पीड़े वट्टे ना मारे करो तुसी मार दे ओ मेरा खून चलदा वुजू फुट जांदा जे मार नहीं जे मिट्टी दे ढेले मार लिया करो चलो तुहाडा भी दिल बैठ जाया करे मेरा भी वुजू कर रहे हैं ओ टेढ़ा सादा बंदा तुसी ओदी गल कर रहे हो जनाबे फारूक आजम ने आके दसो ते सही है कि ते हुण ते होर तरफ मार रहे आप रो ते गल सुन के भी एडा सादा बंदा मिंबर तो उतर आए ओ सके साडे नाल आया जे ओ हज वास्ते साडे नाल आया फरमा किथे उना के ओ ते लोगा ने ऊंट चला रहे रफात असि तुहाडे खुतबे सुन रहे हजरत उमर जल्दी जल्दी उतरे फरमा अली नू बुलाओ हजरत अली तशरीफ ले आए कुर्ता ले आओ जल्दी करो हुजूर दा कुर्ता अली जल्दी करो चलिए की होया ओ वैस आए है जो और ओ वैसे करनी इस वक्त अरफात इस मौजूद है लोगों के ऊंट चरा रहे हैं कौन उमर 22 लाख मुरब्बा मील दा फाते जिदे नाम तो कैसरों के सरा कमे जिदे नाम तो जंजला डरे जिदे नाम तो आग डरे जिदे रुके तो दरिया नील डरे जिदे नाम तो शैतान डरे ओ फारूक आजम अज ओवैस वास्ते इतनी तरफ वजह किए आख्या वेखा ते सही जिस मुस्तफा दा आशिक जिथे भी होवे मदीना मदीना करदा है ओ ओवैस दा मुकद्दर कैसा के मदीने दा ताजदार मदीने बह के ओवैस ओवैस करदा नाराए तकबीर नाराए रिसाला नाराए हैदरी नाराए तहकीर शाने मुस्तफा जिंदाबाद। मैं देखा ते सही कि आशिक हर वक्त दुआवां करदा मेरे नबी दा गुलाम ते जिथे भी होवे हर एक दे दिल विच तड़प तुसी मैं हर कोई आखदा जी करदा है मैं ओ वतन वेखा जिथे मारी ने जिंदगी गुजारी करदा है मैं ओ वतन वैसे करनी महसूस की लगता कोई आ गया
ਉਹ ਚੁਣ ਕੇ ਮਹਿਫਲਾਂ ਪਸੰਦ ਨਹੀਂ ਸਨ ਕਰਦੇ, ਤਨਹਾਈ ਪਸੰਦ ਸਨ। ਸਲਾਮ ਫੇਰ ਕੇ ਨਾਲ ਅਲੀਆਂ ਰਕਾਤਾਂ ਵੱਧ ਨਹੀਂ ਦਿੱਤੀਆਂ, ਫਿਰ ਥੋੜੀ ਦੇਰ ਤੋਂ ਬਾਅਦ ਦੋ ਰਕਾਤਾਂ ਪੜ੍ਹ ਕੇ ਫਿਰ ਸਲਾਮ ਫੇਰ ਕੇ ਜਲਦੀ ਨਾਲ ਫਿਰ ਨੀਂਦ ਦਿੱਤੀਆਂ। ਹਜ਼ਰਤ ਉਮਰ ਸਾਹਮਣੇ ਆ ਕੇ ਬਹਿ ਗਏ। ਹੁਣ ਜਦੋਂ ਇੱਕ ਪਾਸੇ ਸਲਾਮ ਫਿਰਿਆ, ਜਨਾਬੇ ਉਮਰ ਫਰਮਾਇਆ, ਜਿਤਨੀਆਂ ਤੇਲੀ ਪੜ ਲਵੀ ਹੁਣ ਪਹਿਲੇ ਸਾਡੀ ਗੱਲ ਵੀ ਸੁਣ, ਅਸੀਂ ਤੇਰੇ ਵਾਸਤੇ ਆਏ। ਮਤਵਜੇ ਹੋਏ ਉਹ ਵੈਸੇ ਕਰਦੀ, ਜਨਾਬੇ ਫਾਰੂਕ ਆਜ਼ਮ ਨੇ ਸਲਾਮ ਕੀਤਾ, ਸਲਾਮ ਦਾ ਜਵਾਬ ਦਿੱਤਾ, ਪੁੱਛਿਆ ਜਨਾਬ ਦਾ ਤਾਰੂ, ਉਹ ਵੈਸੇ ਕਰਨੀ ਆ ਕਿਆ ਆਣਾ ਰਾਈ ਮੈਂ ਚਰਵਾਹਾ। ਉਹਨਾਂ ਕਹਿੰਦੇ ਹੀ ਨਹੀਂ ਆਪਣਾ ਨਾਂ ਦੱਸ, ਆਖੇ ਆਣਾ ਅਬਦੁੱਲਾ ਮੈਂ ਅੱਲਾ ਦਾ ਬੰਦਾ। ਮੌਲਾ ਅਲੀ ਫਰਮਾਇਆ ਐ ਉਮਰ ਠਹਿਰ ਜਾਓ, ਇਸ ਤੁਹਾਨੂੰ ਫੜਾਈ ਨਹੀਂ ਦੇਣੀ, ਇਹਦੇ ਨਾਲ ਮੈਂ ਗੱਲ ਕਰਾਂ। ਹਜ਼ਰਤ ਉਮਰ ਹੱਟੇ, ਅਲੀ ਅੱਗੇ ਆਏ, ਆਖਣ ਲੱਗੇ ਉਹ ਨੌਜਵਾਨ ਉਹ ਨਾਂ ਦੱਸ ਜਿਹੜਾ ਨਾਂ ਤੇਰੀ ਮਾਂ ਰੱਖਿਆ। ਕਿਤਨੀ ਗੱਲ ਕੀਤੀ, ਮਾਂ ਦਾ ਲਫ਼ਜ਼ ਸੁਣ ਕੇ ਮਾਂ ਦਾ ਆਸ਼ਿਕ ਰੋ ਪਿਆ, ਕਿਉਂਕਿ ਅੱਜ ਮਾਂ ਸਿਰ ਤੇ ਨਹੀਂ ਸੀ, ਮਾਂ ਪਰਦਾ ਕਰ ਚੁੱਕੀ ਸੀ, ਆਸ਼ਿਕ ਮਾਂ ਦਾ ਸੀ। ਮਾਂ ਦਾ ਲਫ਼ਜ਼ ਸੁਣ ਕੇ ਰੋ ਕੇ ਆਖਿਆ, ਮੇਰੀ ਮਾਂ ਦਾ ਵਾਸਤਾ ਦੇ ਕੇ ਪੁੱਛਣ ਵਾਲਿਓ, ਹੁਣ ਜੋ ਪੁੱਛੋਗੇ ਉਵੈਸ ਦੱਸੇਗਾ, ਮੈਂ ਉਵੈਸ, ਮੇਰਾ ਬਾਪ ਫਲਾ, ਮੇਰਾ ਦਾਦਾ ਫਲਾ, ਮੇਰਾ ਪੜਦਾਦਾ ਫਲਾ, ਮੈਂ ਯਮਨ ਦੇ ਇਲਾਕੇ ਕਰਨ ਦਾ ਰਹਿਣ ਵਾਲਾ, ਹੁਣ ਦੱਸੋ ਗੱਲ ਕੀ ਹੈ। ਹਜ਼ਰਤ ਉਮਰ ਨੇ ਫਰਮਾਇਆ, ਮੈਂ ਉਮਰ, ਐ ਅਲੀ, ਐ ਬਿਲਾਲ, ਸਾਨੂੰ ਤਾਜਦਾਰੇ ਖਤਮੇ ਨਬੂਵਤ ਮਕਸੂਦੇ ਕੁਲ ਕਾਇਨਾਤ ਜ਼ਹਰਾ ਦੇ ਬਾਬਾ ਜਾਨ ਜਨਾਬੇ ਮੁਸਤਫਾ ਕਰੀਮ ਅਲੈਹਿ ਸਲਾਤੁ ਵਸਲਾਮ, ਉਹਨਾਂ ਨੇ ਤੇਰੇ ਵੱਲ ਖੜਿਆ ਨਾਲ ਕੁਰਤਾ ਦਿੱਤਾ ਨੇ, ਨਾਲ ਸਲਾਮ ਦਿੰਦੇ ਸਨ ਤੇ ਫਰਮਾਉਂਦੇ ਸਨ ਉਵੈਸ ਨੂੰ ਆਖਿਆ ਜੇ ਮੇਰੀ ਉਮਤ ਦੀ ਬਖਸ਼ਿਸ਼ ਦੀ ਦੁਆ ਕਰ ਦੇ। ਉਵੈਸ ਨੇ ਜਦੋਂ ਇਹ ਲਫ਼ਜ਼ ਸੁਣੇ ਆਖਣ ਲੱਗੇ ਸ਼ਾਇਦ ਤੁਹਾਨੂੰ ਭੁਲੇਖਾ ਲੱਗ ਗਿਆ, ਮੈਂ ਉਹ ਉਵੈਸ ਨੇ, ਮੈਂ ਇਸ ਕਾਬਿਲ ਕਿੱਥੋਂ, ਨਾ ਤੇ ਮੇਰਾ ਉਵੈਸ ਰਹਿਣ ਵਾਲਾ ਵੀ ਕਰਨ ਦਾ, ਲੇਕਿਨ ਹੋ ਸਕਦਾ ਉੱਥੇ ਕੋਈ ਹੋਰ ਉਵੈਸ ਵੀ ਹੋਵੇ। ਜਨਾਬੇ ਉਮਰ ਫਰਮਾਇਆ, ਤੇਰੇ ਜਿਸਮ ਦੇ ਕਿਧਰੇ ਦਿਰਮ ਜਿਤਨਾ ਚਿੱਟਾ ਨਿਸ਼ਾਨ ਹੈ ਜਾਂ ਨਹੀਂ, ਇਤਨੀ ਗੱਲ ਕੀਤੀ। ਉਵੈਸ ਆਖਿਆ ਬਿਲਕੁਲ ਹੈ, ਤੁਹਾਨੂੰ ਕਿਵੇਂ ਪਤਾ ਚੱਲਿਆ? ਆਖੇ ਇਹੀ ਤੇ ਤੇਰੀ ਅਲਾਮਤ ਮੁਸਤਫਾ ਕਰੀਮ ਦਿੱਤੀ ਸੀ, ਇਹੀ ਤੇਰੀ ਨਿਸ਼ਾਨੀ ਆਕਾ ਕਰੀਮ ਨੇ ਦਿੱਤੀ। ਬੰਦਾ ਮਿਟ ਜਾਏ ਨਾ ਆਕਾ ਤੇ ਉਹ ਬੰਦਾ ਕਿਆ ਹੈ, ਬੰਦਾ ਮਿਟ ਜਾਏ ਨਾ ਆਕਾ ਤੇ ਉਹ ਬੰਦਾ ਕਿਆ ਹੈ। ਬੇਖਬਰ ਹੋ ਜੋ ਗੁਲਾਮਾਂ ਸੇ ਵੋ ਆਕਾ ਕਿਆ ਹੈ, ਬੇਖਬਰ ਹੋ ਜੋ ਗੁਲਾਮਾਂ ਸੇ ਵੋ ਆਕਾ ਕਿਆ ਹੈ। ਮੌਲਾਨਾ ਸਾਹਿਬ ਇੱਕ ਮਸਲਾ ਬਤਾਇਆ, ਆਖਣ ਲਗਾ ਬਜ਼ੁਰਗ ਕੇ ਮੈਂ ਬੈਠ ਕੇ ਕਾਇਲ